ਹੈਲੋ ਜੀ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀ ਵੀ ਅਤੇ ਮੈਂ ਹਾਂ ਤੁਹਾਡੇ ਨਾਲ ਅਨਮੋਲ ਸਿੰਘ ਗੁਲਾਟੀ ਦੇ। ਜਿਵੇਂ ਕਿ ਵੈਡਿੰਗ ਵਾਈਬਸ ਹਰ ਜਗ੍ਹਾ ਚੱਲ ਰਹੀਆਂ ਨੇ, ਵੈਡਿੰਗ ਸੀਜ਼ਨ ਚੱਲ ਰਿਹਾ, ਹਰ ਕੋਈ ਸੋਚ ਰਿਹਾ ਕਿਹਨੂੰ ਕਿਸੇ ਦੀ ਵੈਡਿੰਗ 'ਤੇ ਜਾਣਾ, ਕੀ ਪਾਉਣਾ, ਕਿਵੇਂ ਤਿਆਰ ਹੋਈਏ। ਅਤੇ ਸਾਡੇ ਨਾਲ ਮੌਜੂਦ ਹੈ ਨਿਊਲੀ ਵੈਡਿਡ ਕਪਲ, ਅਤੇ ਹੁਣ ਲੈ ਕੇ ਆ ਰਹੇ ਨੇ ਉਹ ਆਪਣੇ ਦਰਸ਼ਕਾਂ ਲਈ, ਆਪਣੇ ਫੈਨਸ ਲਈ ਇੱਕ ਨਵਾਂ ਪ੍ਰੋਜੈਕਟ। ਮੈਂ ਆਮ ਟਾਕਿੰਗ ਅਬਾਊਟ ਦ ਨਿਊਲੀ ਵੈਡਿਡ ਕਪਲ, ਯੁਵਰਾਜ ਹੰਸ ਅਤੇ ਮਾਨਸੀ। ਮਾਨਸੀ ਜੀ, ਯੁਵਰਾਜ ਜੀ, ਫਸਟ ਆਫ ਆਲ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਥੈਂਕ ਯੂ ਭਾਅ ਜੀ, ਐਂਡ ਕੋਂਗਰੈਚੁਲੇਸ਼ਨ ਤੁਹਾਡੇ ਵਿਆਹ ਲਈ। ਠੀਕ ਹੈ, ਅਤੇ ਭਾਅ ਜੀ ਕੀ ਕੁਛ ਪ੍ਰੋਜੈਕਟ ਲੈ ਕੇ ਆ ਰਹੇ ਹੋ ਤੁਸੀਂ? ਅੱਜ ਅਸੀਂ ਟਾਈਟਲ ਅਨਾਊਂਸਮੈਂਟ ਕੀਤੀ ਆ ਜੀ, ਇਸ਼ਕ ਖੁਮਾਰੀ, ਜੋ ਕਿ 25 ਮਾਰਚ ਤੋਂ ਸਟਾਰਟ ਹੋ ਰਹੀ ਆ। ਗਲਿਟਰਾਤੀ ਪ੍ਰੋਡਕਸ਼ਨ ਹਾਊਸ ਵੱਲੋਂ ਆ, ਉਸ 'ਚ ਮੈਂ ਹਾਂ, ਹੈਪੀ ਰਾਏ ਕੋਟੀ ਵੀਰ ਆ, ਅਮਨ ਧਾਲੀਵਾਲ ਨੇ, ਬਿੰਦੂ ਦਾਰਾ ਸਿੰਘ ਜੀ ਨੇ, ਬੀ ਐਨ ਸ਼ਰਮਾ ਜੀ ਨੇ, ਸਵਤੰਤਰ ਭਾਰਤ ਜੀ ਨੇ, ਪ੍ਰੀਤੋ ਜੀ ਨੇ, ਕਾਫੀ ਵੱਡੀ ਸਟਾਰ ਕਾਸਟ ਲਈ ਆ ਸੀ, ਅਤੇ ਉਹਦੇ ਲਈ ਅਸੀਂ ਇੱਥੇ ਆਏ ਸੀਗੇ, ਅਤੇ ਉਹ ਤੁਹਾਨੂੰ ਦੱਸਤਾ। ਆਪਾਂ ਗੱਲ ਕਰਾਂਗੇ ਮਾਨਸੀ ਜੀ ਨਾਲ। ਮਾਨਸੀ ਜੀ, ਹੁਣੇ ਹੀ ਤੁਹਾਡੀ ਮਤਲਬ ਵੈਡਿੰਗ ਹੋਈ ਹੈ, ਹੁਣੇ ਤੁਹਾਡੀ ਨਵਾਂ ਨਵਾਂ ਵਿਆਹ ਹੈ, ਤੁਹਾਨੂੰ ਨਹੀਂ ਲੱਗਦਾ ਪਹਿਲਾਂ ਤੁਹਾਡੀ ਕੋਈ ਇਸ਼ਕ ਕੁਮਾਰੀ ਚੱਲਣੀ ਚਾਹੀਦੀ ਸੀਗੀ, ਉਸ ਤੋਂ ਬਾਅਦ ਇਹ ਮੂਵੀ ਲੈ ਕੇ ਆਉਣੀ ਚਾਹੀਦੀ ਸੀ? ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ। ਔਰ ਇਸ਼ਕ ਕੁਮਾਰੀ ਤਾਂ 3 ਸਾਲ ਤੋਂ ਹੀ ਚੱਲ ਰਹੀ ਹੈ, ਪਹਿਲਾਂ ਕੰਮ ਹੈ ਅਤੇ ਅੱਗੇ ਫਿਊਚਰ ਸਾਡਾ ਅੱਛਾ ਹੋਏਗਾ ਨਾ, ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਅੰਡਰ ਪ੍ਰੈਸ਼ਰ ਕੋਈ ਚੀਜ਼ ਹੋਏ। ਸੋ ਹੀ ਇਜ਼ ਫਰੀ, ਆਈ ਮੀਨ ਟੈਨਸ਼ਨ ਫਰੀ ਹੋ ਗਏ ਕੋਈ ਵੀ ਚੀਜ਼ ਕਰੇ, ਅਤੇ ਇਸ਼ਕ ਤਾਂ ਚੱਲਦਾ ਹੀ ਰਹਿਣਾ ਪੂਰੀ ਉਮਰ ਪਈ ਹੈ ਉਹਦੇ। ਮਤਲਬ ਕਦੀ ਵੀ ਨਹੀਂ ਘੱਟ ਸਕਦਾ ਟੱਚਵੁੱਡ, ਇਸ਼ਕ ਕੁਮਾਰੀ ਤਾਂ ਸਾਡੀ ਪੂਰੀ ਪੂਰੀ ਸਿਰੇ ਚੜੀ ਹੋਈ ਔਰ ਚੜੀ ਰਹੇਗੀ ਇਨਸ਼ਾਅੱਲਾ। ਹਾਂਜੀ, ਵਜੇ ਇੰਨੀ ਅੰਡਰਸਟੈਂਡਿੰਗ ਵਾਈਫ ਕਿਸੇ ਨੂੰ ਮਿਲ ਜਾਣਾ, ਮਤਲਬ ਬੰਦੇ ਦਾ ਜੀਵਨ ਸਕਸੈਸਫੁਲ ਹੈ। ਠੀਕ ਹੈ, ਅਤੇ ਫਿਰ ਵੀ ਵਿਸ਼ ਕਰਦਾ ਕਿ ਜਲਦੀ ਜਲਦੀ ਮਿਲੇ ਤੁਹਾਨੂੰ। ਚਲੋ, ਉਹ ਤਾਂ ਨਹੀਂ ਨਹੀਂ ਉਹ ਤਾਂ ਜੀ ਚਲੋ ਮਿਲ ਜੂਗੀ, ਕਿਸਮਤ ਤਾਂ ਖੇਲ ਰਹੇ। ਮੇਰੀ ਦੁਆ ਆ, ਔਰ ਮੇਰੀ ਦੁਆ ਬੜੀ ਸਹੀ ਲੱਗ ਜਾਂਦੀ ਆ। ਅੱਛਾ ਜੀ, ਹਾਂ ਮੇਰੀ ਦੁਆ। ਫਿਰ ਤਾਂ ਪਰਸਨਲੀ ਮਿਲ ਕੇ ਮੈਂ ਦੁਆ ਕਰਾਵਾਂਗਾ ਤੁਹਾਨੂੰ। ਫਿਰ ਤਾਂ ਪਰਸਨਲੀ ਮਿਲ ਕੇ ਆਪਾਂ ਦੁਆ ਕਰਾਵਾਂਗੇ ਤੁਹਾਨੂੰ ਵੱਖਰੀ। ਠੀਕ ਹੈ, ਤਾਂ ਭਾਅ ਜੀ ਫਿਰ ਵੀ ਮਤਲਬ ਤੁਹਾਨੂੰ ਨਹੀਂ ਲੱਗਦਾ ਜੀ ਮਤਲਬ ਵੈਡਿੰਗ ਤੋਂ ਬਾਅਦ ਕੋਈ ਬ੍ਰੇਕ ਨਹੀਂ ਚਾਹੀਦਾ ਸੀਗਾ ਤੁਹਾਨੂੰ, ਤੁਸੀਂ ਇੱਕਦਮ ਆ ਗਏ ਮੂਵੀ ਲੈ ਕੇ? ਇਹ ਮੈਨੂੰ ਮਾਨਸੀ ਨੇ ਹੀ ਕਿਹਾ ਸੀਗਾ ਕਿ ਤੁਸੀਂ ਆਪਣੇ ਕੰਮ ਨੂੰ ਨਹੀਂ ਸਫ਼ਰ ਕਰਨ ਦੇਣਾ, ਕੁਛ ਵੀ ਹੋ ਜਾਵੇ ਕੋਈ ਟੈਨਸ਼ਨ। ਸਾਡੇ 'ਚ ਇੰਨੀ ਕੁ ਅੰਡਰਸਟੈਂਡਿੰਗ ਹੈਗੀ ਆ ਕਿ ਇਹ ਉੱਦਾਂ ਦੀ ਨਹੀਂ ਗੀ ਕਿ ਮੈਨੂੰ ਕਹੀ ਜਾਵੇ ਉਹ ਨਹੀਂ ਨਹੀਂ ਮੇਰੇ ਨਾਲ ਹੀ ਰਿਹਾ 24 ਘੰਟੇ ਉਹ, ਤਾਂ ਹੀ ਤਾਂ ਮੈਂ ਵਿਆਹ ਕੀਤਾ ਇਹਦੇ ਨਾਲ। ਔਰ ਮੈਨੂੰ ਇੰਨਾ ਕੁ ਜ਼ਿਆਦਾ ਅੰਡਰਸਟੈਂਡ ਕਰਦੀ ਆ ਹੁਣ, ਸਪੈਸ਼ਲੀ ਆ ਪਿਛਲੇ ਇੱਕ ਸਾਲ ਕੁ ਹੋ ਗਿਆ, ਸ਼ੀ ਨੋਜ਼ ਕਿ ਮੈਂ ਕੁਛ ਗਲਤ ਨਹੀਂ ਕਰ ਰਿਹਾ, ਜੋ ਵੀ ਕਰ ਰਿਹਾ ਇਹਦੇ ਲਈ ਕਰ ਰਿਹਾ ਔਰ ਆਪਣੀ ਫੈਮਿਲੀ ਲਈ ਕਰ ਰਿਹਾ। ਸੋ ਉੱਦਾਂ ਵੀ ਆਲਮੋਸਟ ਜਿੱਥੇ ਵੀ ਮੈਂ ਉਹਨਾਂ ਨਾਲ ਹੀ ਹੁੰਦੇ ਨੇ। ਸੋ ਕੰਮ ਦੀ ਸਾਨੂੰ ਕੋਈ ਇੱਦਾਂ ਦਾ ਨਹੀਂ ਸੀਗਾ ਕਿ ਅਸੀਂ ਜੋ ਪ੍ਰੋਜੈਕਟ ਜਿੱਦਾਂ ਔਨ ਮਤਲਬ ਕਹਿੰਦੇ ਨਾ ਗੋ ਵਿਦ ਦ ਫਲੋ, ਜੋ ਚੀਜ਼ ਆ ਰਹੀ ਸੀ, ਬਟ ਮੈਂ ਨਹੀਂ ਚਾਹੁੰਦੀ ਕਿ ਕਹਿੰਦੇ ਬੜੀ ਮੁਸ਼ਕਿਲ ਨਾਲ ਕੰਮ ਮਿਲਦਾ ਇਸ ਇੰਡਸਟਰੀ 'ਚ ਵੈਸੇ ਵੀ ਇੱਦਾਂ, ਔਰ ਇਹਨਾਂ ਲਈ ਪੈਸ਼ਨ ਹੈ, ਔਰ ਜਦੋਂ ਅਗਰ ਅੱਛਾ ਕੰਮ ਆ ਰਿਹਾ ਤਾਂ ਵਾਈ ਨੋਟ, ਲੋਕ ਤਾਂ ਮੈਨੂੰ ਹੀ ਕਹਿਣਗੇ ਮੈਂ ਲੱਕੀ ਚਾਹਵਾਂ ਇਹਨਾਂ ਲਈ। ਕੰਮ ਨੂੰ ਨਾ ਨਹੀਂ ਕਰਨੀ ਚਾਹੀਦੀ, ਮੈਨੂੰ ਇਹ ਲੱਗਦਾ ਕੰਮ ਬਹੁਤ ਜ਼ਰੂਰੀ ਹੋਣਾ ਚਾਹੀਦਾ ਤੁਹਾਡੀ ਲਾਈਫ 'ਚ। ਯੁਵਰਾਜ ਜੀ, ਗੱਲ ਕਰੀਏ ਤੁਹਾਡੇ ਪਰਸਨਲ ਰਿਲੇਸ਼ਨ ਦੀ, ਤਾਂ ਸਭ ਤੋਂ ਪਹਿਲਾਂ ਕਲਿੱਕ ਕਿਸ ਨੂੰ ਮਿਲਿਆ ਸੀਗਾ, ਤੁਹਾਨੂੰ ਜਾਂ ਮਾਨਸੀ ਜੀ? ਕਲਿੱਕ ਐਜ਼ ਇਨ ਪ੍ਰਪੋਜ਼ ਕਿਹਨੇ ਕੀਤਾ ਸੀਗਾ ਪਹਿਲਾਂ? ਪਹਿਲਾਂ ਬਟਰਫਲਾਈਜ਼ ਕਿਹਨੂੰ ਆਈ ਸੀਗੀ, ਉਸ ਤੋਂ ਬਾਅਦ ਪ੍ਰਪੋਜ਼ ਕਿਹਨੂੰ, ਪ੍ਰਪੋਜ਼ ਕਿਹਨੇ ਕੀਤਾ ਸੀਗਾ? ਮੈਨੂੰ ਮੈਂ ਜਦੋਂ ਇਹਨਾਂ ਨੂੰ ਪਹਿਲੀ ਵਾਰੀ ਦੇਖਿਆ ਸੀ, ਮੈਨੂੰ ਅੱਜ ਵੀ ਯਾਦ ਹੈ ਇਹਨਾਂ ਨੇ ਹਾਈ ਹੀਲਸ ਪਾਈਆਂ ਹੋਈਆਂ ਸੀ, ਵਾਹਵਾ ਸਾਰੀਆਂ ਇੱਡੀਆਂ, ਪਰ ਮੈਨੂੰ ਇਹ ਵੀ ਡਰਦਾ ਸੀ ਕਿ ਮੈਨੂੰ ਮੇਰੇ ਹੀ ਨਾ ਪੈਣ ਕਿਤੇ ਸਿਰ 'ਚ, ਮੈਂ ਤਾਂ ਕਰਕੇ ਜ਼ਿਆਦਾ ਓਪਨ ਨਹੀਂ ਸੀ ਹੋ ਪਾ ਰਿਹਾ। ਬਟ ਫਿਰ ਵੀ ਮੈਂ ਇੱਕ ਬਹਾਨਾ ਸੋਚ ਲਓ ਜਾਂ ਇੱਕ ਤਰੀਕਾ ਹੀ ਸੀ ਕੋਈ ਨਾ ਕੋਈ ਕਿ ਗੱਲ ਤਾਂ ਕਰਾਂ ਥੋੜ੍ਹੀ ਜਿਹੀ, ਪਰ ਮੈਂ ਆਪਣੇ ਸਟਾਈਲ 'ਚ ਕਰ ਬੈਠਾ, ਗਲਤੀ ਹੋ ਗਈ ਮੇਰੇ ਤੋਂ ਇਹ। ਮੈਂ ਇਹਨਾਂ ਨੂੰ ਸਿਰਫ ਇਹ ਕਿਹਾ ਕਿ ਮੇਰੀਆਂ ਕੀਜ਼, ਕੈਨ ਆਈ ਹੈਵ ਮਾਈ ਕੀਜ਼, ਔਰ ਇਹਨਾਂ ਨੂੰ ਲੱਗਾ ਕਿ ਬੜਾ ਸੜੀਅਲ ਜਿਹਾ, ਨਾ ਹੈਲੋ ਨਾ ਹਾਏ, ਸਿੱਧਾ ਚਾਬੀਆਂ ਮੰਗ ਰਿਹਾ ਆ ਕੇ, ਉਹ ਪੁੱਠਾ ਪੈ ਗਿਆ ਮੇਰੇ 'ਤੇ। ਬਟ ਆਈ ਥਿੰਕ ਕੁੜੀਆਂ ਨੂੰ ਉਹੀ ਚੀਜ਼ ਅੱਛੀ ਲੱਗਦੀ ਹੈ, ਸ਼ੁਰੂ 'ਚ ਭਲੇ ਹੀ ਐਟੀਟਿਊਡ ਲੱਗੇ, ਲੇਕਿਨ ਕੁੜੀਆਂ ਨੂੰ ਉਹ ਚੀਜ਼ ਹੀ ਪਸੰਦ ਆਉਂਦੀ ਕਿ ਮਤਲਬ ਜੋ ਤੁਹਾਨੂੰ ਚੇਜ਼ ਕਰੀ ਜਾਣ ਉਹ ਨਹੀਂ ਅੱਛੇ ਲੱਗਣਗੇ, ਜਿਹੜੇ ਤੁਹਾਡੇ ਤੋਂ ਥੋੜ੍ਹਾ ਦੂਰ ਜਾਣ ਉਹੀ ਚੀਜ਼ ਅੱਛੀ ਲੱਗਦੀ ਹੈ ਕੁੜੀਆਂ ਨੂੰ, ਮੋਸਟਲੀ ਵਾਟ ਆਈ ਫੀਲ, ਮੈਨੂੰ ਐਂ ਲੱਗਦਾ। ਆ ਸੀਗੇ ਮਾਨਸੀ ਜੀ ਵੱਲੋਂ ਸਿੰਗਲ ਲਈ, ਸਿੰਗਲ ਜਿਹੜੇ ਮੁੰਡੇ ਨੇ ਉਹਨਾਂ ਲਈ ਟਿਪ ਆ ਕਿ ਜ਼ਿਆਦਾ ਪਿੱਛੇ ਪਿੱਛੇ ਨਾ ਚੇਪ ਨਹੀਂ ਹੋਣਾ, ਥੋੜ੍ਹਾ ਐਟੀਟਿਊਡ ਰੱਖੋ, ਥੋੜ੍ਹੀ ਤੜ ਰੱਖੋ, ਫਿਰ ਇੰਨੀ ਸੋਹਣੀ ਬੋਟੀ ਮਿਲ ਜੂਗੀ। ਠੀਕ ਹੈ, ਅਤੇ ਯੁਵਰਾਜ ਜੀ, ਤੁਹਾਡਾ ਜਿਹੜਾ ਕਰੈਕਟਰ ਹੈ ਇਸ ਮੂਵੀ 'ਚ, ਤੁਸੀਂ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਕ੍ਰਿਪਟ ਨੂੰ ਹਾਂ ਕਿਉਂ ਕੀਤੀ, ਵਜ੍ਹਾ ਕੀ ਸੀ? ਮੈਂ ਇਸ ਸਕ੍ਰਿਪਟ ਨੂੰ ਹਾਂ ਕੀਤੀ ਕਿਉਂਕਿ ਇੱਕ ਤਾਂ ਜਿਹੜਾ ਮੇਰਾ ਜਦੋਂ ਮੈਨੂੰ ਨਰੇਸ਼ਨ ਦੇਣਾ ਸੀ, ਮੈਨੂੰ ਕਰੈਕਟਰ ਬਹੁਤ ਅੱਛਾ ਲੱਗਿਆ ਸੀਗਾ। ਮੈਂ ਐਕਚੁਲੀ ਪਹਿਲਾਂ ਥੋੜ੍ਹੇ ਸ਼ਾਂਤ ਜਿਹੇ ਉਹ ਕੀਤੇ ਆ, ਇਹ 'ਚ ਥੋੜ੍ਹਾ ਬਬਲੀ ਆ, ਮਸਤ ਆ, ਮਸਤੀ ਖੋਰ ਮੁੰਡਾ ਪੂਰਾ, ਹੈ ਨਾ। ਸੋ ਮੈਨੂੰ ਕਰੈਕਟਰ ਬਹੁਤ ਅੱਛਾ ਲੱਗਾ ਸੀਗਾ। ਉੱਪਰੋਂ ਫਿਰ ਮੇਰੇ ਬਹੁਤ ਕਲੋਜ਼ ਨੇ ਅਮਨ ਧਾਲੀਵਾਲ ਵੀਰ, ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਸੀ ਪਹਿਲਾਂ ਹੀ ਕਿ ਪ੍ਰੋਜੈਕਟ ਅੱਛਾ ਆ, ਐਂਡ ਉਸ ਤੋਂ ਬਾਅਦ ਮੈਂ ਲਾਈਫ 'ਚ ਹਮੇਸ਼ਾ ਇੱਕੋ ਰੂਲ ਫੋਲੋ ਕੀਤਾ, ਵਾਈਬਸ, ਮੈਨੂੰ ਅੱਛੀਆਂ ਵਾਈਬਸ ਜਿੱਥੋਂ ਵੀ ਆ ਜਾਣ ਨਾ, ਹਮੇਸ਼ਾ ਕਦੀ ਵੀ ਕੁਛ ਵੀ ਹੋਵੇ ਉਹ ਨਾਲ ਦੀ ਨਾਲ ਮੈਂ ਚੁੱਕ ਲੈਣਾ। ਔਰ ਜਿਵੇਂ ਮਾਨਸੀ ਜੀ ਤੋਂ ਵਾਈਬਸ ਆਈ ਸੀ, ਵਾਈਬਸ ਆਈ, ਔਰ ਚੌਥਾ ਇਹਨਾਂ ਨੇ ਪੈਸੇ ਵੀ ਵਧੀਆ ਦੇ ਦਿੱਤੇ ਕਾਫੀ। ਠੀਕ ਹੈ, ਠੀਕ ਹੈ, ਅਤੇ
ਤੁਸੀਂ ਮਤਲਬ ਹੁਣ ਤੁਹਾਡੀ ਵੈਡਿੰਗ ਹੋ ਗਈ ਹੈ, ਇਸ ਤੋਂ ਬਾਅਦ ਤੁਸੀਂ ਮਤਲਬ ਕੀ ਚੇਂਜ ਆਇਆ ਤੁਹਾਡੇ ਪ੍ਰੋਫੈਸ਼ਨਲ ਰਿਲੇਸ਼ਨ, ਪ੍ਰੋਫੈਸ਼ਨਲ ਲਾਈਫ 'ਚ ਕੀ ਚੇਂਜ ਆਇਆ? ਕੁਛ ਚੇਂਜ ਨਹੀਂ ਆਇਆ, ਅਸੀਂ ਉੱਦਾਂ ਹੀ ਹਾਂ, ਸਗੋਂ ਹੋਰ ਜ਼ਿਆਦਾ ਟੱਚ ਵੁੱਡ ਅਸੀਂ ਮਜ਼ਾ ਲੈ ਰਹੇ ਹਾਂ ਇਸ ਚੀਜ਼ ਦਾ, ਕਿਉਂਕਿ ਅਸੀਂ ਇੱਕ ਦੂਜੇ ਨੂੰ 3 ਸਾਲ ਤੋਂ ਜਾਣਦੇ ਹਾਂ ਔਰ ਡੇਢ ਦੋ ਸਾਲ ਤੋਂ ਤਾਂ ਲਿਵਿੰਗ 'ਚ ਹੀ ਹਾਂ ਆਲਮੋਸਟ, ਹੈ ਨਾ। ਸੋ ਇਹ ਆ ਜਾਂਦੇ ਸੀ ਇੱਥੇ, ਮੈਂ ਇਹਨਾਂ ਕੋਲ ਜਾਂਦਾ ਸੀ ਉੱਥੇ। ਸੋ ਐਡਾ ਕੋਈ ਸਾਨੂੰ, ਬਸ ਇਹ ਆ ਕਿ ਇਹਨਾਂ ਨੇ ਚੂੜਾ ਇਹਨਾਂ ਨੂੰ ਪਾਉਣ ਦਾ ਸ਼ੌਂਕ ਸੀਗਾ, ਮੈਂ ਪੂਰਾ ਪਗਾ ਦਿੱਤਾ, ਮੈਂ ਕਿਹਾ ਕੁੜੀ ਤੈਨੂੰ ਚੂੜਾ ਪਾ, ਬਹੁਤ ਪੂਰਾ ਉਹ ਸੱਜਣ ਸੱਜਣ ਦਾ ਇਹਨਾਂ ਨੂੰ ਸ਼ੌਂਕ ਹੁੰਦਾ, ਕੁੜੀਆਂ ਨੂੰ ਬਹੁਤ ਜ਼ਿਆਦਾ ਹੁੰਦਾ, ਮੁੰਡੇ ਤਾਂ ਇੱਦਾਂ ਹੀ ਸੁੱਤੇ ਉੱਠੇ ਆ ਜਾਂਦੇ ਕਿਤੇ ਵੀ, ਪਰ ਕੁੜੀਆਂ ਨੂੰ ਬਹੁਤ ਹੁੰਦਾ। ਸੋ ਮੈਨੂੰ ਇਹ ਸੀਗਾ ਕਿ ਤੂੰ ਖੁਸ਼ ਰਹਿ, ਜਿਵੇਂ ਵੀ ਖੁਸ਼ ਰਹਿਣਾ ਤੂੰ ਖੁਸ਼ ਰਹਿ, ਸੋ ਸ਼ੀ ਇਜ਼ ਹੈਪੀ ਐਂਡ ਆਈ ਐਮ ਹੈਪੀ ਐਜ਼ ਵੈਲ। ਮਨਸਰੀ, ਜਿਵੇਂ ਕਿ ਯੁਵਰਾਜ ਜੀ ਇੱਕ ਗਾਇਕ ਨੇ, ਤਾਂ ਪਹਿਲਾ ਗਾਣਾ ਕਿਹੜਾ ਸੀਗਾ ਜਿਹੜਾ ਤੁਹਾਡੇ ਲਈ ਯੁਵਰਾਜ ਜੀ ਨੇ ਗਾਇਆ ਹੁਣ? ਮੇਰੇ ਲਈ ਤਾਂ ਪਾਣੀ ਗਾਣਾ ਹੀ ਸੀ ਜੋ ਮੈਨੂੰ ਬਹੁਤ ਪਸੰਦ ਸੀ, ਅਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਸੁਣਾ ਦਿਉ, ਫਿਰ ਇਹਨਾਂ ਨੇ ਉਹੀ ਸੁਣਾਇਆ ਸੀ। ਅਦੋਂ ਬੜੇ ਇੱਦਾਂ ਚੁੱਪ ਚੁੱਪ ਜੇ ਰਹਿੰਦੇ ਸੀ, ਮੈਨੂੰ ਤਾਂ ਕਿੰਨਾ ਸੈਡ ਜਿਹਾ ਮੁੰਡਾ, ਕਿਹੜੇ ਦੁੱਖ ਲੱਗੇ ਇਹਨੂੰ, ਅਤੇ ਹੌਲੀ ਹੌਲੀ ਪਤਾ ਚੱਲਿਆ ਕਿ ਸਭ ਤੋਂ ਜ਼ਿਆਦਾ ਸ਼ਰਾਰਤੀ ਟੀਮ 'ਚ ਇਹ ਹੋਈ ਸੀਗੇ। ਅਤੇ ਯੁਵਰਾਜ ਜੀ, ਜਿਵੇਂ ਕਿ ਤੁਸੀਂ ਪਹਿਲੀ ਵਾਰੀ ਜਿਹੜਾ ਗਾਣਾ ਗਾਇਆ ਸੀਗਾ, ਉਹ ਯਾਦਾਂ ਥੋੜ੍ਹੀ ਤਾਜ਼ੀ ਕਰ ਲਈਏ, ਦਰਸ਼ਕਾਂ ਲਈ ਵੀ ਉਹ ਗਾਣਾ ਹੋ ਜਾਏ ਦੋਨੇ? ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਪਾਣੀ ਗਾਣਾ ਬਹੁਤ ਪਸੰਦ ਆ, ਸੋ ਮੈਂ ਇਹਨਾਂ ਲਈ। ਪਹਿਲਾਂ ਤਾਂ ਉੱਥੇ ਸਿਨੈਰੀਓ ਕੀ ਸੀਗਾ, ਪਹਿਲਾਂ ਉਹ ਪੂਰਾ ਦੱਸ ਦਿਓ, ਉਸ ਤੋਂ ਬਾਅਦ ਇਹ ਗਾਣਾ ਗਾਣਾ ਤੁਸੀਂ? ਬਟ ਐਕਚੁਅਲੀ ਉਦੋਂ ਕੋਈ ਐਡਾ ਲਵ ਟਾਈਪਸ ਵਾਲਾ ਨਹੀਂ ਸੀਗਾ, ਮੈਂ ਵੀ ਇਹਨਾਂ ਦੀ ਤਰਫ ਤੋਂ ਹੋਈ ਹਾਂ, ਮੇਰੇ ਅੰਦਰ ਹੋਈ, ਬਟ ਅਸੀਂ ਕਦੀ ਐਕਸਪ੍ਰੈਸ ਨਹੀਂ ਕੀਤਾ, ਜਸਟ ਦੈਟ ਕਿ ਟੀਮ ਪੂਰੀ ਬੈਠੀ ਸੀ, ਸਾਡੀ ਟੀਮ। ਬਟ ਯਾ, ਮੈਨੂੰ ਉਹ ਗਾਣਾ ਬਹੁਤ ਪਸੰਦ ਸੀ, ਔਰ ਸਭ ਹਰ ਕੋਈ ਉੱਥੇ ਪਾਣੀ ਵਾਲਾ ਮੁੰਡਾ, ਪਾਣੀ ਵਾਲਾ ਮੁੰਡਾ, ਇਹਨਾਂ ਦਾ ਨਾਂ ਵੀ ਇਹੀ ਰੱਖਿਆ ਸੀ, ਹੁਣ ਸੁਣਾ ਹੀ ਦਿਓ ਫਿਰ। ਅਤੇ ਫਿਰ ਅਸੀਂ ਸਾਰੇ ਟੀਮ ਬੈਠੇ ਸੀਗੇ, ਸਾਡੀ ਨਾ ਇੱਕ ਸ਼ੂਟ ਖਤਮ ਹੀ ਹੋ ਗਿਆ ਟਿਆ ਸੀਗਾ, ਉਹਦਾ ਨਾ ਵੀਡੀਓ ਸ਼ੂਟ ਸੀ ਸਾਡੀ ਟੀਮ ਦਾ BCL ਦਾ, ਉਹ ਖਤਮ ਹੋ ਗਿਆ ਟਿਆ, ਸਾਰੇ ਆਪਾਂ ਆਪਣੇ ਗੱਲਾਂ ਕਰ ਰਹੇ ਸੀਗੇ, ਸਾਰੇ ਗਾਣੇ ਗਾ ਰਹੇ ਸੀ, ਜੋ ਗਾਣੇ ਗਾ ਰਹੇ ਜੋ ਕਮੇਡੀ ਕਰ ਰਹੇ ਕਮੇਡੀ, ਮੈਨੂੰ ਇਹ ਕਹਿੰਦੇ ਕਿ ਪਲੀਜ਼ ਮੈਨੂੰ ਪਾਣੀ ਸੁਣਾ ਦਿਉ, ਫਿਰ ਮੈਂ ਸੁਣਾ ਦਿੱਤਾ ਗਾਣਾ। ਫਿਰ ਸਾਡੇ ਦਰਸ਼ਕਾਂ ਲਈ ਵੀ, ਅਤੇ ਡੈਡੀਕੇਟ ਕਰ ਰਹੇ ਤੁਸੀਂ ਮਾਨਸੀ ਜੀ ਲਈ, ਲੇਕਿਨ ਉਸ ਤੋਂ ਬਾਅਦ ਦਰਸ਼ਕਾਂ ਨੂੰ ਵੀ ਥੋੜ੍ਹਾ ਆਨੰਦ ਮਿਲ ਜੂਗਾ। ਵੈਸੇ ਹੈਗਾ ਸੈਡ ਸੌਂਗ ਆ, ਪਰ ਫਿਰ ਵੀ ਸਾਡਾ ਪਹਿਲਾ ਸੌਂਗ ਸੀਗਾ, ਕੋਈ ਟੈਨਸ਼ਨ ਨਹੀਂ। ਨਾ ਰਾਤ ਵਿਖਦੀ ਏ ਨਾ ਦਿਨ ਵਿਖਦਾ ਏ, ਮੈਨੂੰ ਤੇ ਕੁਝ ਵੀ ਨਾ ਤੇਰੇ ਬਿਨ ਵਿਖਦਾ ਏ, ਉਹ ਮੇਰਾ ਦਮ ਦਮ ਘੁੱਟਦਾ ਪਿਆ ਏ, ਮੇਰਾ ਸਭ ਕੁਝ ਲੁੱਟਦਾ ਰਿਹਾ ਏ, ਦੱਸ ਤੇਰਾ ਕੀ ਗਿਆ, ਮੈਂ ਹਾਲੇ ਤੱਕ ਇੰਨਾ ਪਾਣੀ ਵੀ ਨਹੀਂ ਪੀਤਾ, ਜਿੰਨੇ ਇੱਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ। ਵਾਹ ਜੀ ਵਾਹ, ਕਿਆ ਬਾਤ ਹੈ। ਗਾਣਾ ਸੁਣਨ ਤੋਂ ਬਾਅਦ ਮਾਨਸੀ ਜੀ ਦੇ ਚਿਹਰੇ 'ਤੇ ਵੀ ਉਹੀ ਪੁਰਾਣਾ ਇਮੋਸ਼ਨ ਜਿਹਾ ਕੁਛ ਦਿਖ ਰਿਹਾ ਹੈ ਮਾੜਾ ਮੋਟਾ। ਅਤੇ ਆਪਣੇ ਫੈਨਸ ਲਈ, ਆਪਣੇ ਫੋਲੋਅਰਸ ਲਈ ਦੈਨਿਕ ਸਵੇਰਾ ਰਾਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਮੈਂ ਆਪਣੇ ਸਾਰੇ ਲਿਸਨਰਸ ਨੂੰ, ਮੇਰੇ ਫੈਨਸ ਨੂੰ, ਦੈਨਿਕ ਸਵੇਰਾ ਦੇ ਦਰਸ਼ਕਾਂ ਨੂੰ ਇਹੀ ਕਹੂੰਗਾ ਕਿ ਥੈਂਕ ਯੂ ਸੋ ਮੱਚ, ਤੁਸੀਂ ਹਮੇਸ਼ਾ ਇੰਨਾ ਪਿਆਰ ਦਿੰਦੇ ਹੋ ਸਾਨੂੰ, ਸਾਡੀ ਫੈਮਿਲੀ ਨੂੰ, ਹੁਣ ਤਾਂ ਮਾਨਸੀ ਵੀ ਆ ਗਈ ਹੈ ਸਾਡੀ ਫੈਮਿਲੀ 'ਚ, ਹਮੇਸ਼ਾ ਤੁਹਾਡੀਆਂ ਦੁਆਵਾਂ ਸਾਡੇ ਨਾਲ ਹੀ ਆ, ਇੱਦਾਂ ਹੀ ਪਿਆਰ ਕਰਦੇ ਰਹੋ, ਇੱਦਾਂ ਹੀ ਦੁਆਵਾਂ 'ਚ ਰੱਖੋ ਯਾਦ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਣੇ ਮਾਂ ਪਿਓ ਦੀ ਜ਼ਰੂਰ ਰਿਸਪੈਕਟ ਕਰਿਆ ਕਰੋ, ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਛ ਹੁੰਦਾ, ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਲੱਗ ਗਿਆ ਦਿਲੋਂ ਅਤੇ ਤੁਹਾਡੀ ਬੱਲੇ ਬੱਲੇ ਆ, ਸੋ ਰਿਸਪੈਕਟ ਯੋਰ ਪੇਰੈਂਟਸ, ਉਹਨਾਂ ਦੀ ਜ਼ਰੂਰ ਇੱਜ਼ਤ ਕਰਾਂਗੇ। ਸੋ ਯੁਵਰਾਜ ਜੀ, ਮਾਨਸੀ ਜੀ, ਧੰਨਵਾਦ ਤੁਹਾਡਾ, ਤੁਸੀਂ ਸਾਡੇ ਲਈ ਵਕਤ ਕੱਢਿਆ, ਅਤੇ ਨਾਲ ਹੀ ਦੈਨਿਕ ਸਵੇਰਾ ਦੀ ਪੂਰੀ ਟੀਮ ਵੱਲੋਂ ਤੁਹਾਡੇ ਵਿਆਹ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ, ਨਾਲ ਹੀ ਤੁਹਾਡੀ ਨਵੀਂ ਮੂਵੀ ਲਈ ਬਹੁਤ ਬਹੁਤ ਵਧਾਈਆਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਆ ਸੀਗੇ ਸਾਡੇ ਨਾਲ ਯੁਵਰਾਜ ਹੰਸ ਅਤੇ ਮਾਨਸੀ, ਜਿਨ੍ਹਾਂ ਦਾ ਹੁਣੇ ਵਿਆਹ ਹੈ ਅਤੇ ਨਵਾਂ ਇੱਕ ਪ੍ਰੋਜੈਕਟ ਲੈ ਕੇ ਆ ਰਹੇ, ਨਵੀਂ ਫਿਲਮ ਲੈ ਕੇ ਆ ਰਹੇ ਨੇ ਇਸ਼ ਕੁਮਾਰੀ, ਅਤੇ ਜਿਵੇਂ ਕਿ ਦਰਸ਼ਕਾਂ ਵੱਲੋਂ, ਲੋਕਾਂ ਵੱਲੋਂ ਇਹਨਾਂ ਦੀ ਜੋੜੀ ਨੂੰ ਕਾਫੀ ਪਿਆਰ ਦਿੱਤਾ ਗਿਆ, ਅਤੇ ਇਹਨਾਂ ਦੀ ਮੂਵੀ ਨੂੰ ਕਿੰਨਾ ਗੁਣ ਪਿਆਰ ਦਿੱਤਾ ਜਾਏਗਾ ਇਹ ਵੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।